ਔਰ ਪੰਜਾਬੀ ਚ ਮੇਰੇ ਇੱਕ ਦੋਸਤ ਬੈਠੇ ਨੇ, ਹਾਂਜੀ, ਕੁਲਦੀਪ ਸਿੰਘ, ਬਲਦ ਭੋਲਾ ਸਿੰਘ ਨੜਬੜੀਏ। ਇਸ ਵਕਤ 96 ਸਾਲ ਦੇ ਤਕਰੀਬਨ ਉਂਗਲ ਗਿਣਵੀ, ਮਾਸ਼ਾਅੱਲਾ। ਇਹ ਟੇਈ ਦਾ ਨਾਂ ਟੇਈ ਜਵਿੰਦ ਸਿੰਘ ਕਿਵੇਂ ਬਣਿਆ ਜੀ? ਕਹਿੰਦੇ ਨੇ ਵੀ ਅਧੀਰ ਨੂੰ ਦਿੱਤੀ ਹੋਈ ਹੈ, ਮਲਕਾਂ ਹਾਂ ਸਾਰਿਆਂ ਨੇ, ਅੱਗੇ ਜ਼ਮਾਨੇ ਕੋਈ ਬਾਦਸ਼ਾਹੀ ਹੋਈ ਹੈ। ਦਾ ਬੇਟਾ ਮੁਹੰਮਦ ਅਫਜ਼ਲ, ਮੁਹੰਮਦ ਅਫਜ਼ਲ। ਚਲੋ ਮਾਸ਼ਾਅੱਲਾ, ਮਿਲ ਕੇ ਬੜੀ ਖੁਸ਼ੀ ਹੋਈ ਜੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ ਸਜਣੋ ਅਤੇ ਮਿੱਤਰੋ, ਯੂਟਿਊਬ ਚੈਨਲ ਲਹਿੰਦਾ ਪੰਜਾਬ ਵਲੌਗ ਦੇ ਵਿੱਚ ਮੈਂ ਤੁਹਾਡਾ ਮਿੱਤਰ ਅਸਗਰ ਪੰਵਾਰ ਅੱਜ ਇੱਕ ਤਾਰੀਖੀ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ। ਮਿੱਤਰੋ, ਵੀਡੀਓ ਵੇਖਣ ਤੋਂ ਪਹਿਲੇ ਮੇਰੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਜ਼ਮੀ ਸਬਸਕ੍ਰਾਈਬ ਕਰ ਲਵੋ ਅਤੇ ਬੈੱਲ ਆਈਕਨ ਨੂੰ ਵੀ ਲਾਜ਼ਮੀ ਪ੍ਰੈਸ ਕਰ ਲਵੋ ਤਾਂ ਕਿ ਸਾਡੇ ਚੈਨਲ 'ਤੇ ਅਪਲੋਡ ਹੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਸੀਂ ਸਭ ਤੋਂ ਪਹਿਲੇ ਵੇਖ ਸਕੋ। ਮਿੱਤਰੋ, ਵੇਖਦੇ ਰਹਿਣਾ ਲਹਿੰਦਾ ਪੰਜਾਬ ਵਲੌਗ ਚੈਨਲ। ਸਜਣੋ ਤੇ ਮਿੱਤਰੋ, ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੰਨ ਦੇ ਇੱਕ ਖੂਬਸੂਰਤ ਪਿੰਡ ਟੇਈ ਜਵਿੰਦ ਸਿੰਘ ਦੀ ਅੱਜ ਤੁਹਾਨੂੰ ਸੈਰ ਕਰਵਾਵਾਂਗੇ। ਸਜਣੋ ਤੇ ਮਿੱਤਰੋ, 1750 ਏਕੜ ਤੋਂ ਜ਼ਿਆਦਾ ਰਕਬੇ ਤੋਂ ਮੋਹਿਤ ਇਹ ਪਿੰਡ ਟੇਈ ਜਵਿੰਦ ਸਿੰਘ, ਇੱਥੇ ਇੱਕ ਹੀ ਸਕੂਲ ਹੈ ਜਿਹੜਾ ਮੁੰਡਿਆਂ ਵਾਸਤੇ ਤੇ ਕੁੜੀਆਂ ਵਾਸਤੇ, ਤੇ ਜਿਹੜਾ ਕਿ ਅੱਜ ਕੱਲ੍ਹ ਇਨਸਾਫ ਆਫਟਰ ਨੂਨ ਪ੍ਰੋਜੈਕਟ ਦੇ ਤਹਿਤ ਚੱਲ ਰਿਹਾ। ਇਹਦੇ ਰਿਜ਼ਲਟ ਵੀ ਬਹੁਤ ਅੱਛੇ ਨੇ, ਇੱਥੋਂ ਦਾ ਲਿਟਰੇਸੀ ਰੇਟ ਵੀ 78% ਹੈ। ਸਜਣੋ ਤੇ ਮਿੱਤਰੋ, ਸਰਦਾਰ ਹੁਕਮ ਸਿੰਘ ਦਾ ਬੇਟਾ ਸਰਦਤਾਰ ਸਿੰਘ, ਜਿਹੜਾ ਕਿ 66 ਪਿੰਡਾਂ ਦਾ ਮਾਲਕ ਸੀ, ਉਹਨਾਂ 66 ਪਿੰਡਾਂ ਦੇ ਵਿੱਚੋਂ ਇੱਕ ਟੇਈ ਜਵਿੰਦ ਸਿੰਘ ਵੀ ਸੀ। ਸਨ 47 ਦੀ ਵੰਡ ਵੇਲੇ ਸਰਦਤਾਰ ਸਿੰਘ ਤੇ ਉਹਦਾ ਖਾਨਦਾਨ ਉੱਠ ਕੇ ਬਾਰਡਰ ਪਾਰ ਚਲਾ ਗਿਆ ਤੇ ਪੰਜਾਬੇ ਤੋਂ ਤੇ ਤੂਤਾਂ ਵਾਲੇ ਤੋਂ ਉੱਠ ਕੇ ਲੋਕ ਇੱਥੇ ਆਬਾਦ ਹੋ ਗਏ। ਅੱਜ ਇਹ ਸਾਰੇ ਦਾ ਸਾਰਾ ਪਿੰਡ ਹੀ ਮਹਾਜਰਾਂ ਦਾ ਪਿੰਡ ਹੈ। ਸਿਰਫ 2 ਘਰ ਐਸੇ ਨੇ ਜਿਹੜੇ ਮਕਾਮੀ ਨੇ, ਜਿਹੜੇ ਸਨ 47 ਤੋਂ ਪਹਿਲੇ ਦੇ ਇੱਥੇ ਆਬਾਦ ਨੇ। ਮਿੱਤਰੋ, ਇਸ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਪਿੰਡ ਦੇ ਨੰਬਰਦਾਰਾਂ ਨਾਲ ਵੀ ਗੱਲ ਕਰਾਵਾਂਗੇ ਤੇ ਹੋਰ ਵੀ ਮਕਾਮੀ ਲੋਕਾਂ ਨਾਲ ਗੱਲ ਕਰਾਵਾਂਗੇ, ਤੇ ਸਾਡੇ ਨਾਲ ਜੁੜੇ ਰਹਿਣਾ ਤੇ ਪੂਰੀ ਵੀਡੀਓ ਵੇਖਣਾ, ਇਨਸ਼ਾਅੱਲਾ ਸਵਾਦ ਆਏਗਾ। ਸਜਣੋ ਤੇ ਮਿੱਤਰੋ, ਟੇਈ ਜਵਿੰਦ ਸਿੰਘ ਜ਼ਿਲ੍ਹਾ ਪਾਕਪੰਨ ਤੋਂ ਲਹਿੰਦੇ ਪਾਸੇ ਤਕਰੀਬਨ 20 ਕਿਲੋਮੀਟਰ ਦੇ ਫਾਸਲੇ ਤੇ ਆਬਾਦ ਹੈ। ਆਰੇਵਾਲਾ ਸ਼ਹਿਰ ਤੋਂ ਵੀ ਚੜ੍ਹਦੇ ਪਾਸੇ 15 ਕਿਲੋਮੀਟਰ ਦੇ ਫਾਸਲੇ ਤੇ ਇਹ ਮੌਜੂਦ ਹੈ। ਅਗਰ ਟੇਈ ਜਵਿੰਦ ਸਿੰਘ ਦੇ ਗਵਾਂਢੀ ਪਿੰਡਾਂ ਦੀ ਗੱਲ ਕਰੀਏ ਤੇ ਚੜ੍ਹਦੇ ਪਾਸੇ ਟਿੱਬਾ ਨਾਨਕਸਰ ਤੇ ਪੱਕਾ ਸਦਾਰ ਹੈ, ਲਹਿੰਦੇ ਪਾਸੇ ਚੱਕ ਦਤਾਰ ਸਿੰਘ ਹੈ, ਕੁਤਬ ਵਾਲੇ ਪਾਸੇ ਗੁਰੂ ਵਾਲਾ ਚੱਕ ਹੈ ਤੇ ਦੱਖਣ ਵਾਲੇ ਪਾਸੇ ਚੱਕ ਕਲਿਆਣਾ ਆਬਾਦ ਨੇ। ਸਜਣੋ, ਵੈਸੇ ਤੇ ਇਸ ਪਿੰਡ ਦੇ ਵਿੱਚ 2 ਮਸਜਿਦਾਂ ਆਬਾਦ ਨੇ। ਮਿੱਤਰੋ, ਜਿਹੜੀ ਆ ਤੁਸੀਂ ਮਸਜਿਦ ਹੁਣ ਵੇਖ ਰਹੇ ਹੋ, ਇਹ ਮਸਜਿਦ ਮਰਕਜ਼ੀ ਮਸਜਿਦ ਆਖੀ ਜਾਂਦੀ ਸੀ ਔਰ ਇਸ ਮਸਜਿਦ ਨਾਲ ਸਰਦਤਾਰ ਸਿੰਘ ਵੀ ਬਹੁਤ ਜ਼ਿਆਦਾ ਤਾਵਨ ਕਰਦਾ ਸੀ। ਪਿੰਡ ਦੇ ਵਿੱਚ ਕੋਈ ਵੀ ਜੁਰਮ ਹੋ ਜਾਂਦਾ ਤਾਂ ਉਹਦੀ ਸਜ਼ਾ ਚੋਰ ਨੂੰ ਜਾਂ ਉਸ ਜੁਰਮ ਕਰਨ ਵਾਲੇ ਨੂੰ ਇਹ ਦਿੱਤੀ ਜਾਂਦੀ ਸੀ ਕਿ ਇਸ ਮਸਜਿਦ ਦੇ ਵਿੱਚ 10 ਦਿਨ, 20 ਦਿਨ ਜਾਂ 30 ਦਿਨ ਮੁਸਲਸਲ 5 ਵਕਤਾਂ ਨਮਾਜ਼ਾਂ ਅਦਾ ਕਰੇ।
ਸਜਣੋ ਤੇ ਮਿੱਤਰੋ, ਇਸ ਪਿੰਡ ਟੇਈ ਜਵਿੰਦ ਸਿੰਘ ਦੀਆਂ ਗਲੀਆਂ ਦਾ ਮੁਸ਼ਾਹਦਾ ਕਰੀਏ ਜਾਂ ਬਾਜ਼ਾਰਾਂ ਦਾ ਮੁਸ਼ਾਹਦਾ ਕਰੀਏ ਤੇ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਸੰਨ 47 ਤੋਂ ਪਹਿਲੇ ਵਸਣ ਵਾਲੇ ਸਿੱਖ ਸਰਦਾਰ ਤੇ ਹਿੰਦੂ ਮਜ਼ਹਬ ਦੇ ਪੈਰੋਕਾਰ ਆਪਸ ਵਿੱਚ ਬੜਾ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਇਹੀ ਵਜ੍ਹਾ ਸੀ ਕਿ ਇਹਨਾਂ ਦੇ ਘਰ ਵੀ ਇੱਕ ਦੂਸਰੇ ਦੇ ਬਿਲਕੁਲ ਕਰੀਬ ਕਰੀਬ ਹੁੰਦੇ ਸਨ, ਇੱਕ ਦੂਸਰੇ ਤੋਂ ਕੋਈ ਡਰ ਜਾਂ ਖੌਫ ਨਹੀਂ ਹੁੰਦਾ ਸੀ। ਇਸ ਪਿੰਡ ਦੇ ਸਰਕਰਦਾ ਲੋਕਾਂ ਨੂੰ ਆਪਣੇ ਪਿੰਡ ਨਾਲ ਇੰਨਾ ਪਿਆਰ ਹੈ ਕਿ ਇਸ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਸੋਲੰਗ ਵੀ ਲੱਗੇ ਹੋਏ ਨੇ ਤੇ ਪਾਣੀ ਦੀ ਨਿਕਾਸੀ ਵਾਸਤੇ ਖਾਲੀਆਂ ਵੀ ਬਣੀਆਂ ਹੋਈਆਂ ਨੇ। ਇਸ ਪਿੰਡ ਟੇਈ ਜਵਿੰਦ ਸਿੰਘ ਦੇ ਸਰਕਰਦਾ ਲੋਕਾਂ ਦਾ ਅਗਰ ਤਜ਼ਕਰਾ ਕਰੀਏ ਤੇ ਸਭ ਤੋਂ ਪਹਿਲੇ ਨਾਮ ਆਉਂਦਾ ਹੈ ਹਾਜੀ ਮੁਹੰਮਦ ਅਨਵਰ ਨੰਬਰਦਾਰ ਦਾ। ਉਸ ਤੋਂ ਬਾਅਦ ਮੁਹੰਮਦ ਅਫਜ਼ਲ ਜੋਈਆ ਨੰਬਰਦਾਰ, ਮੀਆਂ ਹਾਕਮ ਅਲੀ ਖਿੱਚੀ, ਹਾਜੀ ਇਮਾਮ ਦੀਨ ਜੋਈਆ, ਹਾਜੀ ਮੁਹੰਮਦ ਇਸਲਾਮ ਜੋਈਆ, ਮੀਆਂ ਅਹਿਮਦ ਅਲੀ ਨੰਬਰਦਾਰ, ਮੀਆਂ ਗੁਲਾਮ ਮੁਸਤਫਾ ਐਡਵੋਕੇਟ, ਮੀਆਂ ਅਬਦੁਲ ਰਹਿਮਾਨ ਖਿੱਚੀ, ਮੀਆਂ ਅਬਦੁਲ ਗਫੂਰ ਖਿੱਚੀ ਐਡਵੋਕੇਟ ਤੇ ਬਾਊ ਮੁਹੰਮਦ ਇਸਲਾਮ ਪੰਵਾਰ ਸ਼ਾਮਲ ਨੇ। ਇਸ ਪਿੰਡ ਨੂੰ ਆਉਣ ਵਾਲੇ ਰਸਤਿਆਂ ਦੀ ਅਗਰ ਗੱਲ ਕਰੀਏ ਤੇ ਪਾਕਪੁਰਨ ਤੋਂ ਜਾਂਬ ਰੋਡ ਜਿਹੜਾ ਕਬੂਲੇ ਜਾ ਰਿਹਾ ਹੈ, ਜਾਲ ਤੋਂ ਇੱਕ ਪੁਖਤਾ ਸੜਕ ਪਿੰਡ ਨੂੰ ਲਿੰਕ ਕਰਦੀ ਹੈ, ਇੱਕ ਸਿੰਘਪੁਰੇ ਤੋਂ ਤੇ ਦਤਾਰ ਸਿੰਘ ਤੋਂ ਸੜਕ ਆਉਂਦੀ ਹੈ। ਮਿੱਤਰੋ ਆਓ ਹੁਣ ਟੇਈ ਦੇ ਬਸ਼ਿੰਦਿਆਂ ਨਾਲ ਗੱਲ ਕਰਨੇ ਆ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ। ਹਾਂਜੀ, ਕੀ ਹਾਲ ਚਾਲ ਹੈ? ਸਿਹਤ ਠੀਕ ਹੈ ਜੀ? ਅੱਲਾਹ ਦਾ ਕਰਮ, ਸ਼ੁਕਰ ਹੈ ਮਦੀਨੇ ਵਾਲਾ। ਮਾਸ਼ਾ ਅੱਲਾਹ, ਇੰਡੀਆ ਦੇ ਵਿੱਚੋਂ ਕਾਫੀ ਸਾਰੇ ਕਮੈਂਟ ਆਉਂਦੇ ਨੇ ਕਿ ਸਾਡਾ ਇਹ ਪਿੰਡ ਹੈ, ਇਹਦੇ ਬਾਰੇ ਸਾਨੂੰ ਕੋਈ ਥੋੜੀ ਸਕਾਫਤ ਦੇ ਬਾਰੇ ਦੱਸੋ ਜਾਂ ਹੁਣ ਦੇ ਵਸਨੀਕਾਂ ਦੇ ਬਾਰੇ ਦੱਸੋ ਵੀ ਕੌਣ ਕੌਣ ਰਹਿੰਦੇ ਨੇ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ। ਹਾਂਜੀ, ਮੁਹੰਮਦ ਅਨਵਰ। ਹਾਂਜੀ, ਮੁਹੰਮਦ ਅਨਵਰ ਜੋਈਆ ਜੀ, ਤੇ ਨੰਬਰਦਾਰ ਵੀ ਹੋ ਤੁਸੀਂ? ਹਾਂਜੀ। ਮਾਸ਼ਾ ਅੱਲਾਹ, ਤੇ ਇਹ ਟੇਈ ਦਾ ਨਾਂ ਟੇਈ ਜਵਿੰਦ ਸਿੰਘ ਕਿਵੇਂ ਬਣਿਆ ਜੀ? ਇਹ ਅੱਗੇ ਦਾ ਹੀ ਬਣਿਆ, ਸਿੱਖਾਂ ਦਾ ਵੇਲੇ ਤੋਂ ਅੱਗੇ ਦਾ ਜਾਂਦੇ ਨੇ ਵੀ ਧੀ ਨੂੰ ਦਿੱਤੀ ਹੋਈ ਹੈ, ਮਲਕਾਂ ਸਾਰਿਆਂ ਨੇ ਅੱਗੇ ਜ਼ਮਾਨੇ ਕੋਈ ਬਾਦਸ਼ਾਹੀ ਹੋਈ ਹੈ। ਅੱਛਾ ਜੀ, ਮਲਕਾਂ ਸਾਰਿਆਂ ਨੇ ਅੱਜ ਧੀ ਨੂੰ ਦਿੱਤੀ, ਉਹਦਾ ਨਾਂ ਟੇਈ ਸੀ। ਅੱਛਾ ਜੀ, ਅਸੀਂ ਜਿਹੜੀ ਸੁਣੀ ਇੱਥੋਂ ਦੀ, ਇਹ ਜਿਹੜੇ ਕਲਿਆਣੇ ਵਾਲੇ ਸਰਦਾਰ ਹੁਕਮ ਸਿੰਘ ਸਨ, ਉਹਨਾਂ ਦਾ ਵੀ ਕੋਈ ਨਾਤਾ ਰਿਸ਼ਤਾ ਇਸ ਪਿੰਡ ਨਾਲ ਹੈ ਸੀ? ਹੈਗਾ ਸੀ ਉਹਨਾਂ ਦੇ, ਬਾਕੀ ਹੈਗੇ ਸਨ, ਦਤਾਰ ਸਿੰਘ ਉਹਦਾ ਪੁੱਤਰ ਸੀ, ਇਹ ਨਾਲ ਜਿਹੜਾ ਦਤਾਰ ਸਿੰਘ ਪਿੰਡ ਵੀ ਹੈ, ਬਾਕੀ ਸਾਰਾ ਪਿੰਡ ਹੁੰਦਾ ਸੀ। ਅੱਛਾ ਜੀ, ਇਹਦਾ ਹੈਗਾ ਸੀ 25 ਮੁਰੱਬੇ ਜਿਹੜੇ ਹੈਗੇ ਨਾ, ਉਹ ਹੈਗੇ ਸਨ ਮੰਤ ਗਰਦਾਰੀ ਦਾਸ। ਅੱਛਾ ਜੀ, ਮਹੰਤ ਗਰਦਾਰੀ ਦਾਸ ਦੇ ਗੁਰੂ ਵਾਲਾ ਇਹਦੇ ਵਿੱਚ ਸ਼ਾਮਲ ਹੈ, ਮਹੰਤ ਗਰਦਾਰੀ ਦਾਸ, ਗਰਦਾਰੀ ਦਾਸ। ਅੱਛਾ ਜੀ, ਸਹੀ। ਜਦੋਂ ਪਾਕਿਸਤਾਨ ਬਣਿਆ, ਤੁਹਾਡੀ ਉਮਰ ਕਿੰਨੀ ਕੁ ਸੀ ਜੀ? ਮੇਰੀ ਹੈਗੀ 3 ਸਾਲ। ਅੱਛਾ ਜੀ, ਕੁਛ ਹੈ ਸੁਰਤ ਸੰਭਾਲਾ? ਨਹੀਂ, ਮੈਂ ਸੁਰਤ ਇੱਥੇ ਹੀ ਹੈ। ਇੱਥੇ ਦੀ ਹੈ? ਤੁਸੀਂ ਪਿੱਛੋਂ ਆਏ ਹੋ? ਹਾਂ, ਪਿੱਛੋਂ ਆਏ। ਕਿਹੜੇ ਪਿੰਡ 'ਚੋਂ ਆਏ ਹੋ? ਤੂਤਾਲੇ 'ਚ। ਤੂਤਾਲੇ, ਜ਼ਿਲ੍ਹਾ ਕਿਹੜਾ ਸੀ ਜੀ? ਫਿਰੋਜ਼ਪੁਰ। ਫਿਰੋਜ਼ਪੁਰ 'ਚ। ਅੱਛਾ ਜੀ, ਤਹਿਸੀਲ ਫਾਜ਼ਿਲਕਾ। ਕੋ ਉੱਥੋਂ ਦੀਆਂ ਯਾਦਾਂ? ਨਹੀਂ, ਮੈਂ ਤਾਂ ਮੈਨੂੰ ਸੁਰਤ ਹੀ ਇੱਧਰ ਆਏ ਸੀ। ਇੱਧਰ ਆਏ ਨੇ। ਕਿੰਨੀ ਉਮਰ ਸੀ ਜੀ? ਛੱਡਦੇ ਪੰਜਾਬ ਦੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਤੂਤਾਂ ਵਾਲਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ, ਉਸ ਦੇ ਹਵਾਲੇ ਨਾਲ ਕੋਈ ਵੀਡੀਓ ਹੋਵੇ ਤੇ ਲਾਜ਼ਮੀ ਸਾਡੇ ਨਾਲ ਸ਼ੇਅਰ ਕਰਨਾ। ਫਾਜ਼ਿਲਕਾ ਬੰਗਲਾ, ਫਾਜ਼ਿਲਕਾ ਬੰਗਲਾ ਯਾਨੀ ਕਿ ਤਹਿਸੀਲ ਫਾਜ਼ਿਲਕੀ ਹੈ ਹੈਡਕੁਆਰਟਰ। ਹਾਂਜੀ, ਤੇ ਸਾਡੇ ਨਾਲ ਲਾਜ਼ਮੀ ਸ਼ੇਅਰ ਕਰਨਾ, ਕਿਉਂਕਿ ਇਹ ਜਿਹੜੇ ਸਾਡੇ ਨੰਬਰਦਾਰ ਨੇ ਟੇਈ ਦੇ, ਟੇਈ ਜਵਿੰਦ ਸਿੰਘ ਦੇ, ਇਹ ਉੱਥੋਂ ਦੇ ਨੇ ਮਕਾਮੀ, ਇਹਨਾਂ ਦੇ ਬਜ਼ੁਰਗ ਉੱਥੋਂ ਹਿਜਰਤ ਕਰਕੇ ਆਏ, ਇਹਨਾਂ ਦੀ ਉਮਰ ਥੋੜ੍ਹੀ ਸੀ, 2-2.5 ਸਾਲ 3 ਸਾਲ ਉਮਰ ਸੀ, ਜਿੱਥੇ ਇਹਨਾਂ ਕੋਲ ਵੀ ਕਾਫੀ ਸਾਰੀਆਂ ਯਾਦਾਂ ਸਾਨੂੰ ਮਿਲ ਸਕਦੀਆਂ ਸਨ ਉੱਥੋਂ ਦੀਆਂ।
1947 ਚ ਅਸੀਂ ਆਏ ਆ ਇੱਥੇ। ਅੱਛਾ ਜੀ, ਤੁਹਾਡੀ ਉਮਰ ਕਿੰਨੀ ਸੀ ਜਦੋਂ 47 ਚ ਆਏ ਜੀ? ਉਸ ਵੇਲੇ ਮੇਰੀ ਉਮਰ ਕੋਈ 12-14 ਸਾਲ ਸੀ। ਮਾਸ਼ਾਅੱਲਾ, ਗੱਭਰੂ ਸਾ ਤੁਸੀਂ? ਅੱਛਾ ਜੀ, ਮੇਰੀ ਉਮਰ ਇਸ ਵਕਤ 96 ਸਾਲ ਹੈ ਤਕਰੀਬਨ, ਉਂਗਲ ਗਿਣਵੀਂ। ਮਾਸ਼ਾਅੱਲਾ। ਰਜਿਸਟ੍ਰੇਸ਼ਨ ਮੇਰੀ ਉਮਰ ਜਿਹੜੀ ਹੈ ਉਹ 1940-41 ਦੀ, ਕਿਉਂਕਿ ਮੈਨੂੰ ਪਹਿਲੇ ਦਾਖਲਾ ਕਰਾਇਆ ਨਾ, ਹਾਂਜੀ, ਤਾਂ ਮੇਰੀ ਉਮਰ, ਮੇਰੇ ਅੱਬੇ ਨੇ, ਮਾਸਟਰ ਨੇ ਆਖਿਆ ਸੀ ਉਮਰ ਘੱਟ ਲਖੋ 20 ਸਾਲ ਤੋਂ ਇਹ ਮੈਟਰ ਕੋਈ ਕਰ। ਇੰਡੀਆ ਦੇ ਵਿੱਚ ਕਿਹੜੇ ਪਿੰਡ ਦੇ ਤੁਸੀਂ ਰਹਿਸ਼ੀ? ਪੰਜਾਬਾ ਸੀ ਜੀ। ਪੰਜਾਬਾ, ਹਾਂਜੀ। ਅੱਛਾ, ਮਾਸ਼ਾਅੱਲਾ। ਤੇ ਜ਼ਿਲ੍ਹਾ? ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਫਾਜ਼ਿਲਕਾ, ਥਾਣਾ ਲੰਮੀ। ਥਾਣਾ ਲੰਮੀ, ਹਾਂਜੀ। ਤੇ ਪੈਦਲ ਆਏ ਤੁਸੀਂ ਫਿਰ? ਹਾਂ, ਪੈਦਲ। ਸਾਡੇ ਤੇ ਹਮਲਾ ਹੋਇਆ ਸੀ ਜੀ, ਮਿਲਟਰੀ ਨੇ, ਇੰਡੀਆ ਦੀ ਮਿਲਟਰੀ ਨੇ ਹਮਲਾ ਕੀਤਾ ਸੀ। ਮਿਲਟਰੀ ਨੇ ਖੁਦ ਹਮਲਾ ਕੀਤਾ ਸੀ? ਹਾਂ। ਅੱਛਾ ਜੀ, ਵਾਹ, ਵਿੱਚ ਬਚਾਓ ਹੋ ਗਿਆ। ਵਿੱਚ ਬਚਾਓ ਨਹੀਂ, ਬਹੁਤ ਜ਼ਿਆਦਾ ਕੁਛ ਲੋਕ ਸ਼ਹੀਦ ਹੋਏ, ਬਹੁਤ ਹੀ ਜ਼ਿਆਦਾ ਜ਼ਿਆਦਾ ਆਦਮ, ਕਿੱਲਾ ਕਿੱਲਾ ਲਾਸ਼ਾਂ ਤੇ ਦੌੜਿਆ ਗਿਆ। ਅੱਛਾ ਜੀ, ਥੱਲੇ ਪੈਰ ਨਹੀਂ ਆਇਆ, ਇੰਨਾ ਆਦਮ ਸ਼ਹੀਦ ਹੋਇਆ। ਅੱਛਾ ਜੀ, ਹੋਰ ਯਾਦਾਂ ਉੱਥੋਂ ਦੀਆਂ, ਪੰਜਾਬੇ ਦੀਆਂ? ਪੰਜਾਬੇ ਦੀਆਂ ਯਾਦਾਂ ਸੀ, ਸਾਡੇ ਦੱਖਣ ਵਾਲੇ ਪਾਸੇ ਜਿਹੜਾ ਉਸੀ ਮੌਜ਼ਾ ਕੱਖਾਂ ਵਾਲਾ। ਹਾਂਜੀ, ਮੌਜ਼ਾ ਕੱਖਾਂ ਵਾਲਾ। ਮੌਜ਼ਾ ਕੱਖਾਂ ਵਾਲਾ, ਹਾਂ। ਅੱਛਾ ਜੀ, ਮਸ਼ਰਕ ਚ ਸੀ ਸਾਡੇ ਵਣਾ ਵਾਲਾ ਪਿੰਡ। ਵਣਾ ਵਾਲਾ ਪਿੰਡ, ਹਾਂਜੀ। ਸ਼ਮਾਲ ਚ ਸੀ ਸਾਡੇ, ਸਾਡਾ ਥਾਣਾ ਲੰਮੀ। ਥਾਣਾ ਲੰਮੀ, ਹਾਂ, ਸਹੀ। ਤਹਿਸੀਲ ਫਾਜ਼ਿਲਕਾ, ਜ਼ਿਲ੍ਹਾ ਫਿਰੋਜ਼ਪੁਰ। ਉਹ ਪੰਜਾਬੀ ਚ ਮੇਰੇ ਇੱਕ ਦੋਸਤ ਬੈਠੇ ਨੇ, ਹਾਂਜੀ, ਕੁਲਦੀਪ ਸਿੰਘ, ਵਲਦ ਭੋਲਾ ਸਿੰਘ, ਨੜਬੜੀਏ। ਜੀਂਦੇ ਨੇ ਹਲੇ? ਜੀਂਦੇ ਨੇ, ਉਹਨੂੰ ਖਤ ਪੱਤਰ ਆਉਂਦੇ ਰਹੇ ਤੇ ਮੇਰੇ ਬੱਚੇ ਨੇ ਫਿਰ ਸਾਡਾ ਨਾ ਮੇਲ ਮਿਲਾਪ ਖਤਮ ਕਰ। ਕੁਲਵੰਤ ਸਿੰਘ, ਵਲਦ ਭੋਲਾ ਸਿੰਘ, ਨਾਲ ਨੜਬੜੀਏ, ਨੜਬੜੀਏ, ਉਹ ਮੇਰੇ ਉਸਤਾਦ ਦੇ ਘਰ ਵਿੱਚ ਬੈਠੇ ਨੇ ਜਿੱਥੇ ਮੈਂ ਪੜ੍ਹਦਾ। ਅੱਛਾ, ਉਹਦਾ ਇੱਕ ਜਿਹੜਾ ਹੈਗਾ ਭਰਾ, ਉਹ ਇੰਗਲੈਂਡ ਬਰੈਸਟਡ ਲਾ ਕਰ ਰਿਹਾ, ਕੁਲਦੀਪ ਸਿੰਘ, ਵਲਦ ਭੋਲਾ ਸਿੰਘ। ਟੇਈ ਦਾ ਨਾਂ ਟੇਈ ਕਿਵੇਂ ਪਿਆ ਜੀ? ਟੇਈ ਦਾ ਇਸ ਬਾਰੇ ਨਹੀਂ ਪਤਾ ਸਾਨੂੰ, ਇੱਕ ਪੱਕੇ ਚਿੱਟ ਲੱਗੀ ਸੀ, ਜਵੰਦ ਸਿੰਘ ਸੀ ਉਹ, ਜਿਹੜਾ ਇੱਥੇ ਸੁਰੰਗ ਹੁੰਦੀ ਸੀ, ਪੱਕੇ ਸਰਦਾਰ, ਪਹਿਲੇ ਸੁਰੰਗ ਹੁੰਦੀ ਸੀ ਉੱਥੇ, ਪੱਕੇ ਸਰਦਾਰ ਚ। ਅੱਛਾ, ਸਰਦਾਰ ਪਿੰਡ ਹੈ, ਸਟੇਸ਼ਨ ਵੀ ਹੈ, ਉਹ ਵਿਚਾਲੇ ਇਹਦੇ ਸੁਰੰਗ ਸੁਰੰਗ ਅਜੇ ਵੀ ਖੜੀ ਸੀ, ਛਾਪੇ ਦਿੱਤੇ ਪਏ, ਛਾਪੇ ਦਿੱਤੇ। ਅੱਛਾ, ਮੇਰੀ ਵੇਖੀ ਉਹ ਇੱਥੋਂ ਜਾਂਦੀ ਸੀ ਗੁਰਦਪਾਲਪੁਰ ਨੂੰ ਕਿ ਦਿੱਲੀ ਨੂੰ, ਕੋਈ ਪਰਾਂ ਲੰਘ ਜਾਂਦੀ ਸੀ ਰੱਬ ਨੂੰ। ਅੱਛਾ, ਇੱਥੇ ਜਿਹੜੇ ਆਏ ਸੀ ਨਾ ਗੁੜਗਾਵਾਂ ਵਾਲੇ, ਸੁਣਿਆ ਸੀ ਮੈਂ, ਰਾਓ ਸਾਹਿਬ ਸੁਣਿਆ ਸੀ, ਇਹ ਵੱਡੇ ਬੰਦੇ ਗੱਲਾਂ ਕਰਦੇ ਸੁਣਨ ਵੀ, ਜਿਹੜਾ ਮਲਕਾ ਹਾਂ ਸੀ ਨਾ, ਮਲਕਾ ਹਾਂ ਸਾਹ ਨੇ, ਉਹ ਜਿਹੜੇ ਸੁਣ ਬਾਬਾ ਤਕੜਾ ਬੰਦਾ ਸੀ, ਉਹਨੇ ਆਪਦੀ ਧੀ ਨੂੰ ਦਾਜ ਤੇ ਦਿੱਤਾ ਸੀ ਪਿੰਡ। ਅੱਛਾ, ਉਹਦਾ ਨਾਂ ਤੇਜ ਸੀ। ਆਈ ਸਾਹਿਬ ਇੱਕ ਦੱਸਿਆ ਜੀ ਕਿ ਆਪਣੇ ਪਿੰਡ ਦਾ ਰਕਬਾ ਕਿੰਨਾ? ਟੇਈ ਜਵਿੰਦ ਸਿੰਘ 1700 ਕਿੱਲੇ ਤੇ ਕੁਛ ਮਰ। ਅੱਛਾ ਜੀ, ਜ਼ਿਆਦਾ ਕੌਮ ਇੱਥੇ ਕਿਹੜੀ ਬੈਠੀ? ਜੋਈਏ, ਖਿੱਚੀ ਵੀ ਹੈਗੇ। ਹਾਂਜੀ, ਇਸ ਤੋਂ ਇਲਾਵਾ ਘਰ ਸੀ। ਸਜਣੋ ਤੇ ਮਿੱਤਰੋ, ਮੌਜੂਦਾ ਲੋਕਾਂ ਦੇ ਸਨ 47 ਤੋਂ ਪਹਿਲੇ ਵਸਣ ਵਾਲੇ ਲੋਕਾਂ ਦੇ ਬਾਰੇ ਬਹੁਤ ਹੀ ਅੱਛੇ ਵਿਚਾਰ ਨੇ। ਪਿਆਰ ਮੁਹੱਬਤ ਦੀ ਇਹ ਲਾਜ਼ਵਾਲ ਕਹਾਣੀ ਦੀ ਵਜ੍ਹਾ ਵੀ ਇਹ ਹੀ ਹੈ ਕਿ ਚੜ੍ਹਦੇ ਪੰਜਾਬ ਤੋਂ ਸਾਡੇ ਸੱਜਣ ਅੱਬੀ ਵਿਰਕ, ਜਿਨ੍ਹਾਂ ਨੇ ਕਾਫ਼ੀ ਡਿਮਾਂਡ ਕੀਤੀ ਹੈ ਕਿ ਮੇਰੇ ਦਾਦਾ ਜੀ ਦਾ ਪਿੰਡ ਸੀ ਟੇਈ ਜਵਿੰਦ ਸਿੰਘ, ਇਸ ਵਾਸਤੇ ਇਸ ਪਿੰਡ ਦੀ ਵੀਡੀਓ ਬਣਾਓ, ਅਤੇ ਲੈ ਵੀ ਵੀਰੇ ਅਸੀਂ ਆਪਣਾ ਫਰਜ਼ ਅਦਾ ਕਰ ਦਿੱਤਾ ਹੈ।
ਸਜਣੋ ਤੇ ਮਿੱਤਰੋ, ਇਸ ਪਿੰਡ ਦਾ ਸਾਰਾ ਰਕਬਾ ਜ਼ੇਰੇ ਕਾਸ਼ਤ ਹੈ ਤੇ ਇੱਥੋਂ ਦੇ ਮਕਾਮੀ ਲੋਕ, ਮਕਾਮੀ ਜ਼ਿਮੀਦਾਰ ਆਲੂ, ਮਕਈ, ਗੰਦਮ ਤੇ ਕਪਾਹ ਬੀਜਦੇ ਨੇ, ਜਿਹਦਾ ਅੱਛਾ ਖਾਸਾ ਰੈਵਨਿਊ ਹਾਸਲ ਕਰਦੇ ਨੇ। ਜ਼ਰੂਰੀਆਤ ਤੇ ਜ਼ਿੰਦਗੀ ਦੀਆਂ ਚੀਜ਼ਾਂ ਖਰੀਦਣ ਵਾਸਤੇ ਕਰਿਆਨੇ ਦੀਆਂ ਦੁਕਾਨਾਂ ਵੀ ਮੌਜੂਦ ਨੇ ਤੇ ਦੂਸਰੀਆਂ ਦੁਕਾਨਾਂ ਵੀ ਮੌਜੂਦ ਨੇ। ਇਸ ਤੋਂ ਇਲਾਵਾ ਫੇਰੀਆਂ ਵਾਲੇ ਵੀ ਗਾਏ ਬਗਾਏ ਪਿੰਡ ਦੇ ਚੱਕਰ ਲਾਉਂਦੇ ਰਹਿੰਦੇ ਨੇ। ਵੀਡੀਓ ਦੇ ਆਖਰ ਚ ਮੈਂ ਆਪਣੇ ਮੇਜ਼ਬਾਨ ਬਾਊ ਮੁਹੰਮਦ ਇਸਲਾਮ ਪੰਵਾਰ ਬਾਈ ਦਾ ਸ਼ੁਕਰੀਆ ਅਦਾ ਕਰਨਾ, ਜਿਨ੍ਹਾਂ ਨੇ ਸਪੈਸ਼ਲੀ ਟਾਈਮ ਦਿੱਤਾ ਤੇ ਮੇਰੇ ਨਾਲ ਮਿਲ ਕੇ ਪੂਰੇ ਪਿੰਡ ਦੀ ਵੀਡੀਓ ਬਣਵਾਈ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਉਮੀਦ ਕਰਨਾ ਕਿ ਅੱਜ ਦੀ ਵੀਡੀਓ, ਅੱਜ ਦਾ ਪਿੰਡ ਟੇਈ ਜਵਿੰਦ ਸਿੰਘ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਅਗਰ ਪਸੰਦ ਆਇਆ ਤੇ ਵੀਰੇ ਦੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ, ਅੱਛਾ ਜਿਹਾ ਕਮੈਂਟ ਕਰੋ, ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰ ਲਵੋ। ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ। ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਪਾਕਿਸਤਾਨ ਜ਼ਿੰਦਾਬਾਦ।